मैं उन्होंने इतों तक भी डराउन वास्ते कहा भी भाई ये सिख ने इन्होंने इंदिरा गांधी तक नहीं छी तो तेरा पिछे बच्चे खराब हो जाएगा काम सारा तो तू सच दस दे वो मतलब ज़्यादा तेज तरार बंदा ਸਾਡੀ ਮੰਗ ਇਹੀ ਹੈ ਜਦ ਸਾਨੂੰ ਬੰਦਾ ਦੇ ਦਿਓ 5 ਮਿੰਟ ਵਾਸਤੇ ਬਸ ਜੀ ਜਾਂ ਸਾਡੇ ਸਾਹਮਣੇ ਗੋਲੀ ਮਾਰ ਦਿਓ ਉਹਨੂੰ ਜਾਂ ਫਿਰ ਅਸੀਂ ਮਾਰ ਦਾਂਗੇ ਪਹਿਲਾਂ ਮੇਰੇ ਤੇ ਪਰਚਾ ਕਰ ਦੇਣਾ ਮੈਨੂੰ ਫਾਂਸੀ ਲਾ ਦੇਣਾ ਪਰ ਇੱਕ ਵਾਰੀ ਬੰਦਾ ਬਾਹਰ ਦੇ ਦੇਣਾ ਮੈਂ ਬੰਦੇ ਨੂੰ ਸੋਧਾਂਗਾ ਸਾਡੇ ਗੁਰੂਖਾ ਪਾੜ ਦਿੰਦੇ ਗਏ ਨਹੀਂ ਸਾਡੇ ਗੁਰੂਖਾ ਪਾੜ ਦਿੰਦੇ ਗਏ फतेहगढ़ साहब के पिंड तखाण माजरा विखे अनहोनी घटना वापरी गुरु ग्रंथ साहब की बेअदबी हुंदी आ साडे नाल पिंड वासी ने जिन्हां ने रोड जाम करके नैशनल हाईवे जाम करके थाने मूहरे धरना प्रदर्शन किया जा रहा है इत्थे पिंड वासी ने उन्हां नाल करदे आ गल हाँ जी की नाम है जी अपना हाँ जी मेरा नाम जसविंदर सिंह है जी ये तुसीं की कहेंगे जी ये बहुत ही मंदभागी भागी घटना हुई है जी गुरु ग्रंथ साहब की बेअदबी हुई है ये बहुत ज़्यादा पहली बार ही दूजी बार इस नगर में हुई है जी ये बंदा अच्छ फड़ लिया जी फड़न तो बहुत ज़्यादा जो उत्थे खड़े से मैंबर से जो पिंड के सी उन्होंने जानी पुलिस को बुला लिया हूँ बंदा पुलिस अंदर लैके गई है थाने घट्टो घट्ट 2 घंटे हो गए हैं जी हाले तक सानू कुछ नहीं दस रही भी उन्होंने की किया जा रहा कितों का बंदा कौन हैगा और सानू ना जवाब देने के बावजूद फिर संगत ने इतने धरना लाया जी साडी मंग यही है जब सानू बंदा दे दो 5 मिनट वास्ते बस जां साडे सामने गोली मार दो उन्हूं जां फिर असी मार दांगे साडी बस यही मंग है जी ये ना होवे कि उन्हूं कह दिता भी ये बंदा दिमागी तौर पर बीमार सीगा तां इहनूं पता ही लगे है ये बहाने हरेक बार किए जा रहे हैं जी जिथे भी मारे बेदबी होंदी है ना यही बहाना घड़िया जांदा है पर हुण असी ये बहाना सुनना नहीं अज भी बंदा बीमार है जां कोई भी है पर सानू बंदा चाहिए जा इत्थे सानू दे दो जा सारे सामने गोली मार दो जी बस साडी यही हो मंग है जी हुण अगे किदां दे ये धरना प्रदर्शन किए जाणगे जे तुहाडी मंग नहीं मन्नी जांदी असी बैठांगे इत्थे चाहे सानू रात लगे 2 रातां लगन असी बिल्कुल चक्का जाम करांगे अज इत्थे बिल्कुल सामने थाने दे बैठांगे जी अज से ਸਾਡੇ ਨਾਲ ਹੋਰ ਵੀ ਸਿੰਘ ਸਾਹਿਬ ਨੇ ਹਾਂਜੀ ਕੀ ਨਾਮ ਹੈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮਲਕੀਤ ਸਿੰਘ ਨਾਵਾਂ ਜੀ ਪਹਿਲਾਂ ਵੀ ਇੱਥੇ ਹੋਇਆ ਪਹਿਲਾਂ ਕਈ ਸਿੰਘ ਇੱਥੇ ਪ੍ਰਸ਼ਾਸਨ ਨੇ ਕੁੱਟੇ ਨੇ ਉਹਨਾਂ ਤੇ ਤੁਰਿਆ ਵੀ ਨਹੀਂ ਗਿਆ ਫਿਰ ਪ੍ਰਸ਼ਾਸਨ ਇੱਧਰ CI 'ਚ ਵੀ ਲੈ ਕੇ ਗਿਆ ਬਿਲਕੁਲ ਉਹ ਆਰਾਮ ਨਾਲ ਤੁਰ ਕੇ ਗਿਆ ਜੇ ਉਹ ਕੁੱਟਿਆ ਵਾ ਹੁੰਦਾ ਨਾ ਪ੍ਰਸ਼ਾਸਨ ਦਾ ਉਹ ਤੁਰ ਕੇ ਨਹੀਂ ਤਾਂ ਜਾ ਸਕਦਾ ਮੈਂ ਤਾਂ ਇਹਨਾਂ ਨੂੰ ਐ ਵੀ ਕਿਹਾ ਤਾਂ ਵੀ ਐ ਕਰੋ ਜੀ ਤੁਹਾਡੀ ਡਿਊਟੀ ਆ ਸਾਡੇ ਤੇ ਪਰਚਾ ਕਰ ਦਿਓ ਵੀ ਅਸੀਂ ਸੇਵਾ ਕਰਦਾ ਨੇ ਉਹਦੀ ਹੁਣ ਦੱਸੋ ਵੀ ਕਿੰਨਾ ਕੁ ਚਿਰ ਸਾਡੀਆਂ ਬੀਬੀਆਂ ਇੱਥੇ ਕੁੱਟਾਂ ਖਾਣਗੀਆਂ ਕਿੰਨਾ ਕੁ ਚਿਰ ਅਸੀਂ ਬਰਗਾੜੀ ਵਾਂਗ ਆਪਣੇ ਮੁੰਡਿਆਂ ਨੂੰ ਸ਼ਹੀਦ ਕਰਾ ਲੇਂਗੇ ਕਿੰਨਾ ਕੁ ਸੀਵਰੇਜ ਦਾ ਪਾਣੀ ਸੁਟਾ ਲੇਂਗੇ ਅਸੀਂ ਆਪਣੇ ਇੱਥੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਪ੍ਰਸ਼ਾਸਨ ਦੇ ਹੱਥ 'ਚ ਸਭ ਕੁਛ ਆ ਸਭ ਕੁਛ ਕਰ ਸਕਦਾ ਹੈ ਸਾਡੇ ਨਾਲ ਸਿੰਘ ਸਾਹਿਬ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੇ ਗੱਲ ਕੀਤੀ ਜਾਵੇ ਪ੍ਰਸ਼ਾਸਨ ਦੀ ਜਾਂ ਸਰਕਾਰਾਂ ਦੀ ਇਦਾਂ ਦੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ ਤੁਹਾਨੂੰ ਬਿਲਕੁਲ ਨਹੀਂ ਅਜੇ ਤੱਕ ਕੋਈ ਵੀ ਅਸੀਂ ਨਹੀਂ ਸੁਣਿਆ ਵੀ ਕਿਸੇ ਨੂੰ ਸਜ਼ਾ ਮਿਲੀ ਹੈ ਬੰਦਾ ਇੱਕ ਵਾਰ ਥਾਣੇ ਚਲੇ ਜਾਂਦਾ ਉਸ ਤੋਂ ਬਾਅਦ ਪਤਾ ਨਹੀਂ ਰਹਦਾ ਬੰਦਾ ਅੰਦਰ ਹੈ ਜਾਂ ਉਹਨੂੰ ਛੱਡ ਦਿੱਤਾ ਕੋਈ ਪਤਾ ਨਹੀਂ ਲੱਗਦਾ ਜਦ ਤੱਕ ਕੋਈ ਇਨਸਾਫ ਨਹੀਂ ਮਿਲਿਆ ਸਾਨੂੰ ਹਾਲੇ ਤੱਕ ਜੇ ਸਰਕਾਰਾਂ ਪ੍ਰੋਪਰ ਬਣਦੀ ਸਜ਼ਾ ਦੇਣ ਜਾਂ ਕਾਨੂੰਨ ਇਹਨਾਂ ਤੇ ਸਖਤੀ ਕਰੇ ਤਾਂ ਤੁਹਾਨੂੰ ਲੱਗਦਾ ਇਦਾਂ ਦੀਆਂ ਘਟਨਾਵਾਂ ਹੋਣਗੀਆਂ ਬਿਲਕੁਲ ਕਦੇ ਵੀ ਨਹੀਂ ਹੋ ਸਕਦਾ ਜੀ ਜੇ ਸਰਕਾਰ ਇੱਕ ਬੰਦੇ ਨੂੰ ਫਾਂਸੀ ਦੇ ਦਿੱਤੀ ਜਾਵੇ ਨਾ ਜੀ ਮੁੜ ਕੇ ਕੋਈ ਵੀ ਬੰਦਾ ਇਹਦਾ ਕੰਮ ਨਹੀਂ ਕਰ ਸਕਦਾ ਜੀ ਬਸ ਸਾਡੀ ਮੰਗ ਇਹੀ ਹੈ ਜੀ ਜਾਂ ਤੁਹਾਨੂੰ ਫਾਂਸੀ ਦੇ ਦਿਓ ਜਾਂ ਸਾਡੇ ਸਾਹਮਣੇ ਸਿਰਫ ਸਾਨੂੰ 2 ਮਿੰਟ ਬੰਦਾ ਦੇ ਦਿਓ ਜੀ ਉਸ ਤੋਂ ਬਾਅਦ ਸਾਡੇ ਤੇ ਪਰਚਾ ਕਰੋ ਸਾਨੂੰ ਗੋਲੀ ਮਾਰ ਦਿਓ ਸਾਨੂੰ ਕੋਈ ਦਿੱਕਤ ਨਹੀਂ ਹੈ ਅਸੀਂ ਇੱਥੋਂ ਹਿੱਲਣਾ ਨਹੀਂ ਸਾਨੂੰ ਮਾਰ ਦੇਣ ਅਸੀਂ ਫੇਰ ਹਿੱਲਾਂਗੇ ਇੱਥੋਂ ਅਸੀਂ ਹਿੱਲਣਾ ਨਹੀਂ ਪਹਿਲਾਂ ਮੇਰੇ ਤੇ ਪਰਚਾ ਕਰ ਦੇਣਾ ਮੈਨੂੰ ਫਾਂਸੀ ਲਾ ਦੇਣਾ ਪਰ ਇੱਕ ਵਾਰੀ ਬੰਦਾ ਬਾਹਰ ਦੇ ਦੇਣਾ ਮੈਂ ਬੰਦੇ ਨੂੰ ਸੋਧਾਂਗਾ ਹੋਰ ਦੱਸੋ ਅਸੀਂ ਇੰਨਾ ਕਰਨ ਨੂੰ ਤਿਆਰ ਹਾਂ ਮੇਰੇ ਤੇ ਪਹਿਲਾਂ ਪਰਚਾ ਕੱਟ ਲੈਣਾ ਸਾਡਾ ਪਿਓ ਦੇ ਪੈਰਾਂ 'ਚ ਰੋਲਤਾ ਜੇ ਆਪਣੇ ਪਿਓ ਨੂੰ ਕੋਈ ਗਾਲ ਵੀ ਕੱਢਦੇ ਨਹੀਂ ਸਹੀ ਜਾਂਦੀ ਆਪਣੇ ਤੋਂ ਆਪਣਾ ਪਿਓ ਸਾਰਿਆਂ ਦਾ ਪੈਰਾਂ 'ਚ ਰੋਲਤਾ ਇਹਨਾਂ ਤੋਂ ਸਾਨੂੰ ਉਮੀਦ ਨਹੀਂ ਇਨਵੈਸਟੀਗੇਸ਼ਨ ਦੀ ਇਹਨਾਂ ਨੇ ਕੁਝ ਨਹੀਂ ਕਰਨਾ ਹੈਗਾ ਕੁਝ ਨਹੀਂ ਉਹਨੇ 2 ਮਹੀਨੇ ਬਾਅਦ ਫੇਰ ਦੁਬਾਰਾ ਇਹਨਾਂ ਨੇ ਜ਼ਮਾਨਤ ਤੋਂ ਉਹਨੂੰ ਬਾਹਰ ਲਿਆ ਦੇਣਾ ਸਾਨੂੰ ਕੋਈ ਉਮੀਦ ਨਹੀਂ ਇਹਨਾਂ ਤੋਂ ਸਾਡੇ ਹਵਾਲੇ ਕਰ ਦੇਣ ਬੰਦਾ ਅਸੀਂ ਆਪੇ ਉਹਨੂੰ ਸੌਦਾ ਲਾ ਦਾਂਗੇ ਜੀ ਧੰਨਵਾਦ ਆ ਕਰਾਂ ਜੀ ਗੱਲ ਇਹ ਮੌਕੇ ਤੇ ਹਾਂਜੀ ਆਜੋ ਜੀ ਸਿੰਘ ਸਾਹਿਬ ਹਾਂਜੀ ਕੀ ਨਾਮ ਹੈ ਜੀ ਆਪਣਾ ਰਾਜਵੀਰ ਸਿੰਘ ਹੈ ਜੀ ਮੈਂ ਸਰਹੰਦ ਤੋਂ ਪਤਾ ਲੱਗਾ ਸਾਨੂੰ ਸਵੇਰੇ ਵੀ ਤਰਖਾਣ ਮਾਜਰੇ ਬੇਦਵੀ ਹੋਈ ਮੈਂ ਦੇਖ ਕੇ ਆਇਆ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਕਿਵੇਂ ਅੰਗ ਪਾੜੇ ਹੋਏ ਨੇ ਜੀ ਤੇ ਅੱਜ ਤੱਕ ਵੱਧ ਤੋਂ ਵੱਧ 295 ਏ ਧਾਰਾ ਜੀ ਵੀ ਲਾਤੀ ਮਹੀਨੇ ਬਾਅਦ 2 ਮਹੀਨੇ ਅੱਜ ਹਾਈ ਕੋਰਟ ਜ਼ਮਾਨਤ ਦੇਂਦਾ ਇਸ ਚੀਜ਼ ਦੀ ਹੁਣ ਇਹਨਾਂ ਨੇ ਬੰਦਾ ਫੜ ਲਿਆ ਉੱਥੋਂ ਕੈਮਰੇ ਦੀ ਜਿਹੜੀ ਵੀਡੀਓ ਉਹ ਵੀ ਲੈ ਗਏ ਸਾਰੀਆਂ ਕੱਢ ਕੇ ਸਭ ਤੁਹਾਨੂੰ ਵੀ ਪਤਾ ਹੈ ਵੀ ਅੱਗੇ ਕਿੰਨੇ ਸਾਲ ਹੋ ਗਏ ਮਹਾਰਾਜ ਦੀ ਬੇਦਬੀ ਹੋਈ ਨੂੰ ਵੀ ਕੀ ਇਨਸਾਫ ਮਿਲਿਆ ਤੇ ਅੱਗੇ ਸਾਨੂੰ ਕੀ ਇਨਸਾਫ ਮਿਲਣਾ ਹੈ ਨਾ ਹੀ ਸਾਨੂੰ ਜਿਹੜੇ ਅਖੌਤੀ ਜਿਹੇਦਾਰ ਆ ਉਹਨਾਂ 'ਤੇ ਕੋਈ ਵਿਸ਼ਵਾਸ ਹੈਗਾ
ਤੇ ਨਾ ਹੀ ਸਾਡੇ ਜਿਹੜੀ ਲੀਡਰਸ਼ਿਪ ਆ ਉਹਨਾਂ ਦਾ ਸਾਨੂੰ ਕੋਈ ਵਿਸ਼ਵਾਸ ਹੈਗਾ। ਸਾਡਾ ਲੀਡਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ, ਜੇ ਉਹਨੂੰ ਇਹ ਨਹੀਂ ਸਜ਼ਾ ਦੇ ਸਕਦੇ ਸਿਰਫ ਸਾਨੂੰ 2 ਮਿੰਟ ਵਾਸਤੇ 3 ਮਿੰਟ ਵਾਸਤੇ ਸਾਡੇ ਵਿੱਚ ਲੈ ਆਉਣ ਸੰਗਤ ਦੇ ਵਿੱਚ, ਅਸੀਂ ਆਪਣੇ ਖਾਲਸੀ ਰਵਾਇਤ ਦੇ ਅਨੁਸਾਰ ਜਿਹੜੀ ਸਜ਼ਾ ਬਣਦੀ ਹੈ ਉਸ ਬੰਦੇ ਨੂੰ ਦੇਵਾਂਗੇ। ਪਰ ਜੇ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਇਸੇ ਕਰਨਾ ਹੈ, ਨਹੀਂ ਤਾਂ ਇੱਥੋਂ ਉਦੋਂ ਧਰਨਾ ਉੱਠੂਗਾ ਜਦੋਂ ਕੋਈ ਨਾ ਕੋਈ ਉੱਤੇ ਕਾਰਵਾਈ ਹੋਊਗੀ ਜੀ। ਜੇ ਗੱਲ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਦੀ, ਉੱਥੋਂ DPR ਲੈ ਆਏ ਨੇ ਜੋ ਬਾਕਸ ਸੀਗਾ ਜਿਹ 'ਚ ਰਿਕਾਰਡਿੰਗ ਆ ਸਾਰੀ ਬੇਅਦਬੀ ਕਰਦੇ ਦੀ, ਅਤੇ ਸੰਗਤ ਵੱਲੋਂ ਕਿਹਾ ਜਾ ਰਿਹਾ ਉੱਥੇ ਕੋਈ DPR ਜੋ ਵੀ ਰਿਕਾਰਡਿੰਗ ਸਿਸਟਮ ਬਾਕਸ ਆ ਉਹ ਹੁਣ ਉੱਥੇ ਹੈ ਨਹੀਂ, ਜੇ ਬਾਅਦ 'ਚ ਕੋਈ ਇੱਦਾਂ ਦੀ ਘਟਨਾ ਹੁੰਦੀ ਹੈ ਤੁਹਾਨੂੰ ਕੀ ਲੱਗਦਾ? ਭਾਈ ਸਾਹਿਬ ਇਹ ਕਈ ਅੱਗੇ ਇਹ ਇਹਨਾਂ ਕੋਲ ਆ ਗਿਆ ਜੋ ਮਰਜ਼ੀ ਹੇਰਾਫੇਰੀ ਹੋ ਸਕਦੀ ਆ। ਅੱਜ ਤੱਕ ਇੰਨੀਆਂ ਚੋਰੀਆਂ ਹੋਈਆਂ, ਡਕੈਤੀਆਂ ਇੰਨੀਆਂ ਗੁਰੂ ਸਾਹਿਬ ਦੀ ਬੇਦਮੀਆਂ ਹੋਈਆਂ, ਬੰਦੇ ਨਹੀਂ ਆਏ ਅੱਜ ਤੱਕ ਇਹਨਾਂ ਦੇ ਰਿਕਾਰਡ ਵਿੱਚ। ਇਸੇ ਕਰਕੇ ਸਾਨੂੰ ਜਦੋਂ ਪਤਾ ਵੀ ਬੰਦੇ ਨੇ ਕੀਤੀ ਆ, ਬੰਦਾ ਫੜਿਆ ਗਿਆ, ਹਾਲੇ ਵੀ ਤੁਹਾਨੂੰ ਰਿਕਾਰਡਿੰਗ ਦੇ ਸਿਰ 'ਤੇ ਵੇਖਣਾ ਉਹਨਾਂ ਨੇ ਵੀ ਇਹ ਬੰਦਾ ਵੀ ਇਹਨੇ ਕੀਤਾ ਕਿ ਨਹੀਂ ਕੀਤਾ ਜੀ। ਤੁਸੀਂ ਜਾ ਕੇ ਦੇਖੋ ਸਾਡਾ ਤਾਂ ਉੱਥੇ, ਮੇਰਾ ਤਾਂ ਰੋਣ ਆ ਗਿਆ ਵੀ ਇੰਨੀ ਮਹਾਰਾਜ ਦੀ ਬੇਦਬੀ ਕਰਦਾ ਕੌਣ ਹੈ, ਕਰਾਉਂਦਾ ਕੌਣ ਹੈ, ਉਹਦੀਆਂ ਬੈਂਕ ਡਿਟੇਲਾਂ ਕਢਾਓ। ਅੱਜ ਤੱਕ ਜਿੰਨਿਆਂ ਨੇ ਬੇਦਬੀਆਂ ਕੀਤੀਆਂ ਉਹਨਾਂ ਨੇ ਬੈਂਕ ਡਿਟੇਲਾਂ ਕਢਾਈਆਂ ਇਹਨਾਂ ਨੇ ਵੀ, ਉਹਨਾਂ ਨੂੰ ਪੈਸਾ ਕੌਣ ਦਿੰਦਾ, ਉਹਨਾਂ ਨੂੰ ਘੱਲਦਾ ਕੌਣ ਆ, ਆਉਂਦੇ ਕਿੱਥੋਂ ਨੇ ਜੀ? ਆਮ ਬੰਦਾ ਕੋਈ ਕਰਦਾ ਉਹਨੂੰ ਤਾਂ ਫੜ ਕੇ ਤੁਸੀਂ ਪੁਲਿਸ ਬਿਨਾਂ ਵਜ੍ਹਾ ਤਸ਼ੱਦਰ ਕਰਦੇ ਹੋ ਉਹਦੇ 'ਤੇ ਜੀ। ਇਸ ਕਰਕੇ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ, ਤਾਂ ਚਲੋ ਅਸੀਂ ਕਹਿ ਹੀ ਸਕਦੇ ਹਾਂ ਉਹਨਾਂ 'ਤੇ ਫਰਜ਼ ਆ ਵੀ ਉਹਨਾਂ ਕੋਲ ਆ ਗਿਆ ਬਚ ਗਿਆ, ਉਹਨਾਂ ਕੋਲ ਆ ਗਿਆ ਬਚ ਗਿਆ ਬਸ। 86-87 ਦੇ ਸਮੇਂ ਦੇ ਵਿੱਚ ਇਹਨਾਂ ਨੇ ਆਪਣੇ ਸਿੰਘ ਕਿਵੇਂ ਗੋਲੀਆਂ ਨਾਲ ਮਾਰੇ ਨੇ, ਆਪਣੇ ਸਿੰਘਾਂ ਨੂੰ ਮਾਰਿਆ ਨੇ ਇਹਨਾਂ ਨੇ, ਅੱਜ ਇਹਨੂੰ ਕਿਉਂ ਨਹੀਂ ਬਾਹਰ ਕੱਢਦੇ? ਇਹਨੂੰ ਕਿਉਂ ਨਹੀਂ ਬਾਹਰ ਕੱਢ ਰਹੇ? ਇਹਨੂੰ ਬਾਹਰ ਕੱਢਣ, ਸਾਡੇ ਹਵਾਲੇ ਕਰਨ, ਜਿਹੜੀ ਸਾਡੇ ਤੋਂ ਬਣੂਗੀ ਕਾਰਵਾਈ ਅਸੀਂ ਕਰਾਂਗੇ। ਫਲਾਣਾ ਜਿਵਸੀ ਚੋਂ ਛਾਲ ਮਾਰ ਕੇ ਭੱਜ ਗਿਆ, ਇਹਨਾਂ ਦੀ ਜਿਹੜੇ ਗੁਰੂ ਮਹਾਰਾਜ ਦੀ ਬੇਅਬਦੀ ਕਰਦੇ ਨੇ, ਜਿਨ੍ਹਾਂ ਨੂੰ ਇਹ ਫੜਦੇ ਨੇ, ਇਹਨਾਂ ਦੀ ਜਿਵਸੀ ਚੋਂ ਉਹ ਕਾਹਤੇ ਨਹੀਂ ਭੱਜਦਾ? ਉਹ ਵੀ ਭੱਜ ਸਕਦਾ ਜਦ ਸਾਰਾ ਕੁਛ ਪ੍ਰਸ਼ਾਸਨ ਦੇ ਹੱਥ 'ਚ ਆ। ਇਹ ਨਹੀਂ ਸਾਨੂੰ ਨਹੀਂ ਇਨਸਾਫ ਮਿਲਣ ਦੀ ਉਮੀਦ ਜੀ। ਅਸੀਂ ਹੁਣ ਤੱਕ ਬਹੁਤ ਜ਼ਿਆਦਾ ਸੰਘਰਸ਼ ਲੜ ਚੁੱਕੇ ਔਰ ਲੜਦੇ ਰਹੇਗੇ ਜੋਗਲ ਸਾਨੂੰ ਨਹੀਂ ਜੀ। ਅਸੀਂ ਆਪਣੇ ਜਾਣੋ ਜੋ ਸਾਡੀ ਮਰਿਆਦਾ ਗੁਰੂ ਮਹਾਰਾਜ ਦੀ ਸਾਨੂੰ ਦੇਣ, ਜੋ ਹੋਊਗੀ ਸਜ਼ਾ ਉਹਨੂੰ ਅਸੀਂ ਲਾਏਂਗੇ ਜੀ। ਇਹ ਸੰਤ ਸਿੰਘ ਸਾਹਿਬ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਜੋ ਦੋਸ਼ੀ ਆ ਸਾਡੇ ਹਵਾਲੇ ਕੀਤਾ ਜਾਵੇ, ਰੋਡ ਰੋਕ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ 'ਤੇ ਕਹਿੰਦੇ ਸਾਨੂੰ ਕੋਈ ਵਿਸ਼ਵਾਸ ਨਹੀਂ, ਜੋ ਦੋਸ਼ੀ ਆ ਉਹ ਸਿੱਖ ਸੰਗਤਾਂ ਦੇ ਹਵਾਲੇ ਕੀਤਾ ਜਾਵੇ, ਜੋ ਬਣਦੀ ਸਜ਼ਾ ਇਹ ਸਿੱਖ ਸੰਗਤਾਂ ਦੇਣਗੀਆਂ, ਆ ਪ੍ਰਸ਼ਾਸਨ ਜੋ ਵੀ ਦੋਸ਼ੀ ਨੂੰ ਸਜ਼ਾ ਦਿੰਦਾ ਹੈ ਸਿੰਘ ਉਸ 'ਤੇ ਜੋ ਵੀ ਬਣਦਾ ਪਰਚਾ ਹੈ, ਇਹਨਾਂ ਦਾ ਕਹਿਣਾ ਹੈ ਕਿ ਸਾਡੇ 'ਤੇ ਕੀਤਾ ਜਾਵੇ, ਸਾਨੂੰ ਅੰਦਰ ਕੀਤਾ ਜਾਵੇ, ਪਰ ਅਸੀਂ ਦੋਸ਼ੀ ਨੂੰ ਆਪਣੀ ਧਰਮ ਮਰਿਆਦਾ ਦੇ ਨਾਲ ਹੀ ਸਜ਼ਾ ਦੇਵਾਂਗੇ। ਫਤਿਹਗੜ੍ਹ ਸਾਹਿਬ ਤੋਂ ਮਨਵਿੰਦਰ ਸਿੰਘ ਟਿਵਾਣਾ, ਪੰਜਾਬੀ ਲੋਕ ਚੈਨਲ।